ਇੱਕ ਵਾਰ ਦੀ ਗੱਲ ਹੈ ਕਾਲੀ ਫੂਲਾ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਅਫਗਾਨਾਂ ਦੇ ਵਿਰੁੱਧ ਜੰਗ ਦੇ ਲਈ ਅੱਗੇ ਵੱਧ ਰਹੇ ਹੁੰਦੇ ਆ ਤੇ ਉਸ ਫੌਜ ਦੀ ਅਗਵਾਈ ਕਾਲੀ ਫੂਲਾ ਸਿੰਘ ਕਰ ਰਹੇ ਹੁੰਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਪਿੱਛੋਂ ਪਤਾ ਚੱਲਦਾ ਹੈ ਖ਼ਬਰੀ ਦੇ ਕੋਲੋਂ ਕਿ ਅਫਗਾਨਾਂ ਦੇ ਕੋਲੇ ਤੋਪਖਾਨਾ ਪਹੁੰਚ ਚੁੱਕਿਆ ਪਰ ਜਿਹੜਾ ਆਪਣੇ ਵਾਲਾ ਤੋਪਖਾਨਾ ਉਹ ਹਜੇ ਨਹੀਂ ਪਹੁੰਚਿਆ ਜੇ ਜੰਗ ਦੇ ਲਈ ਆਪਾਂ ਅੱਗੇ ਵਧੇ ਤਾਂ ਆਪਣੀ ਫੌਜ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਇਹ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਅੱਗੇ ਵਧਦੇ ਨੇ ਅਕਾਲੀ ਫੂਲਾ ਸਿੰਘ ਦੇ ਅੱਗੇ ਬੇਨਤੀ ਕਰਦੇ ਆ ਜਥੇਦਾਰ ਸਾਹਿਬ ਆਪਾਂ ਨੂੰ ਹਜੇ ਅੱਗੇ ਨਹੀਂ ਵਧਣਾ ਚਾਹੀਦਾ ਕਿਉਂਕਿ ਅਫਗਾਨਾਂ ਦੇ ਕੋਲੇ ਤੋਪਖਾਨਾ ਆ ਚੁੱਕਿਆ ਇਸ ਦੇ ਨਾਲ ਆਪਣੀ ਫੌਜ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਇਹ ਸੁਣ ਕੇ ਅਕਾਲੀ ਫੂਲਾ ਸਿੰਘ ਕਾਫੀ ਦਾ ਗੁੱਸੇ ਵਿੱਚ ਆ ਜਾਂਦੇ ਨੇ ਉਹ ਕਹਿੰਦੇ ਨੇ ਮੈਨੂੰ ਤੋਪਖਾਨੇ ਦੇ ਨਾਲੋਂ ਆਪਣੇ ਵਾਹਿਗੁਰੂ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕੀਤੀ ਅਰਦਾਸ 'ਤੇ ਜ਼ਿਆਦਾ ਭਰੋਸਾ ਹੈ ਤੇ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਨੇ ਪਰੇ ਹੋ ਜਾ ਕਾਣਿਆਂ ਦੀ ਤੇਰੇ ਵਿੱਚ ਦੀ ਸਮਸ਼ੀਰ ਕੱਢ ਦਿਆਂਗਾ ਕੌਣ ਸੀ ਅਕਾਲੀ ਫੂਲਾ ਸਿੰਘ ਜੋ ਖਾਲਸਾ ਪੰਥ ਦੇ ਉਸ ਟਾਈਮ ਦੇ ਸਭ ਤੋਂ ਸ਼ਕਤੀਸ਼ਾਲੀ ਰਾਜੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਝਿੜਕਦਿਆ ਕਰਦੇ ਸਨ ਅਕਾਲੀ ਫੂਲਾ ਸਿੰਘ ਨੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਕੋੜਿਆਂ ਦੀ ਸਜ਼ਾ ਵੀ ਦਿੱਤੀ ਸੀ ਕੌਣ ਸੀ ਇਹ ਸਖਸ਼ੀਤ ਸਾਰੀ ਜਾਣਕਾਰੀ ਆਪਾਂ ਇਹਨਾਂ ਦੇ ਬਾਰੇ ਇਸ ਵੀਡੀਓ ਵਿੱਚ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਜੀਵਨ ਨਾਲ ਜੁੜੇ ਹੋਏ ਕਈ ਕਿਸੇ ਨੇ ਤਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਅੱਗੇ ਛੋਟੀ ਜਿਹੀ ਬੇਨਤੀ ਹੈ ਜੇ ਤੁਸੀਂ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਇਦਾਂ ਹੀ ਸਕੇ ਇਤਿਹਾਸ ਦੇ ਨਾਲ ਜੁੜੀਆਂ ਉਹ ਘਟਨਾਵਾਂ ਉਹ ਕਹਾਣੀਆਂ ਜਿੰਨਾਂ ਬਾਰੇ ਸ਼ਾਇਦ ਕਿਸੇ ਨੂੰ ਨਹੀਂ ਪਤਾ ਉਹ ਆਪਾਂ ਇਸ ਚੈਨਲ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾ ਸਕੀਏ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਈਸ਼ਰ ਸਿੰਘ ਨਾਮ ਦਾ ਵਿਅਕਤੀ ਆਪਣੀ ਪਤਨੀ ਗੁਰਦੇয়াল ਕੌਰ ਦੇ ਨਾਲ ਸੰਗਰੂਰ ਦੇ ਬਾਂਗੜ ਇਲਾਕੇ ਦੇ ਸਿਆਹ ਪਿੰਡ ਵਿੱਚ ਰਹਿੰਦੇ ਨੇ ਵਿਆਹ ਦੇ 7-8 ਸਾਲ ਬਾਅਦ ਉਹਨਾਂ ਦੇ ਘਰ ਕੋਈ ਸੰਤਾਨ ਨਹੀਂ ਹੁੰਦੀ ਤੇ ਇੱਕ ਦਿਨ ਸ਼ਹੀਦੀ ਮਿਸਲ ਦੇ ਜਥੇਦਾਰ ਅਕਾਲੀ ਨਾਨਾ ਸਿੰਘ ਆਪਣੀਆਂ ਫੌਜਾਂ ਦੇ ਨਾਲ ਉਹਨਾਂ ਦੇ ਪਿੰਡ ਪਹੁੰਚਦੇ ਆ। ਸਾਰਾ ਪਿੰਡ ਬਹੁਤ ਜ਼ਿਆਦਾ ਖੁਸ਼ ਹੁੰਦਾ। ਸਾਰੇ ਪਿੰਡ ਦੇ ਲੋਕ ਉਹਨਾਂ ਨੇ ਹਿੰਗ ਫੌਜਾਂ ਨੂੰ ਆਪਣੇ ਘਰ ਬੁਲਾਉਂਦੇ ਆ। ਉਹਨਾਂ ਨੂੰ ਖਾਣਾ ਖਵਾਉਂਦੇ ਆ ਤੇ ਨੇ ਹਿੰਗ ਸਿੰਘ ਮਰਿਆਦਾ ਦੇ ਤਹਿਤ ਘਰ ਦੀ ਸੁੱਖ ਸਮਰiddhi ਦੇ ਲਈ ਅਰਦਾਸ ਕਰਦੇ ਆ। ਈਸਰ ਸਿੰਘ ਵੀ ਚਾਹੁੰਦੇ ਸੀ ਕਿ ਉਹਨਾਂ ਹਿੰਗ ਫੌਜਾਂ ਸਾਡੇ ਘਰ ਆਉਣ ਪਰ ਘਰ ਦੀ ਗਰੀਬੀ ਕਰਕੇ ਉਹ ਜਿਆ ਨਹੀਂ ਕਰ ਸਕੇ ਕਿਉਂਕਿ ਨੇ ਹਿੰਗ ਫੌਜਾਂ ਦੀ ਗਿਣਤੀ ਕਾਫੀ ਦਾ ਵੱਡੀ ਸੀ ਤੇ ਉਹਨਾਂ ਨੂੰ ਖਾਣਾ ਖਵਾਉਣਾ ਜੋ ਈਸਰ ਸਿੰਘ ਦੇ ਵੱਸ ਦੀ ਗੱਲ ਨਹੀਂ ਸੀ ਕਿਉਂਕਿ ਉਹ ਗਰੀਬ ਘਰ ਤੋਂ ਆਉਂਦੇ ਸੀ ਇਸ ਇਸ ਕਰਕੇ ਉਹ ਕਾਲੀ ਨਾਣਾ ਸਿੰਘ ਦੇ ਅੱਗੇ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਵੀ ਅਸੀਂ ਸਾਰੀ ਫੌਜ ਨੂੰ ਤਾਂ ਖਾਣਾ ਨਹੀਂ ਖਵਾ ਸਕਦੇ ਜੇ ਤੁਸੀਂ ਸਾਨੂੰ ਇਜਾਜ਼ਤ ਦਿਮੋ ਤਾਂ ਪੰਜ ਨੇ ਹਿੰਗ ਸਿੰਘਾਂ ਨੂੰ ਅਸੀਂ ਖਾਣਾ ਖਵਾ ਸਕਦੇ ਆ ਅਕਾਲੀ ਨਾਣਾ ਸਿੰਘ ਜੀ ਹਾਂ ਮੀ ਭਰ ਦਿੰਦੇ ਆ ਤੇ ਇਸ ਤਰ੍ਹਾਂ ਪੰਜ ਨੇ ਹਿੰਗ ਸਿੰਘ ਉਹਨਾਂ ਦੇ ਘਰ ਖਾਣਾ ਖਾਣ ਜਾਂਦੇ ਆ ਮਰਿਆਦਾ ਦੇ ਮਰਿਆਦਾ ਦੇ ਤਹਿਤ ਉਸ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਘਰ ਦੀ ਸੁਖ-ਸਮਰiddhi ਦੇ ਲਈ ਅਰਦਾਸ ਕੀਤੀ ਜਾਂਦੀ ਆ ਪੁੱਤਰ ਪ੍ਰਾਪਤੀ ਦੇ ਲਈ ਅਰਦਾਸ ਕੀਤੀ ਜਾਂਦੀ ਆ ਉਹ ਨਹਿੰਗ ਫੌਜਾਂ ਅਕਾਲੀ ਨਾਨਾ ਸਿੰਘ ਦੀਆਂ ਪਿੰਡ ਸੀਆਂ ਦੇ ਵਿੱਚ ਇੱਕ ਮਹੀਨੇ ਦੇ ਲਈ ਰੁਕਦੀਆਂ ਨੇ ਤੇ ਸਰਦਾਰ ਈਸਰ ਸਿੰਘ ਆਸਰੀ ਅਕਸਰੀ ਉਹਨਾਂ ਨੂੰ ਨਹਿੰਗ ਫੌਜਾਂ ਨੂੰ ਮਿਲਣ ਜਾਇਆ ਕਰਦੇ ਸਨ ਤੇ ਇਸ ਕਰਕੇ ਉਹਨਾਂ ਦੀ ਮਿੱਤਰਤਾ ਅਕਾਲੀ ਨਾਨਾ ਸਿੰਘ ਦੇ ਨਾਲ ਕਾਫੀ ਦਾ ਵੱਧ ਗਈ ਤੇ ਉਹਨਾਂ ਦਾ ਆਪਸ ਦੇ ਵਿੱਚ ਗੂੜਾ ਪਿਆਰ ਪੈ ਗਿਆ ਇੱਕ ਸਾਲ ਦੇ ਬਾਅਦ ਗੁਰੂ ਦੀ ਮਿਹਰ ਹੋਈ ਤੇ ਉਹਨਾਂ ਦੇ ਘਰ ਇੱਕ ਪੁੱਤਰ ਜੰਮਿਆ ਜਿਸ ਦਾ ਨਾਮ ਰੱਖਿਆ ਗਿਆ ਫੂਲਾ ਸਿੰਘ ਤੇ ਜਦੋਂ ਨਹਿੰਗ ਫੌਜਾਂ ਪਿੰਡ ਸੀਆਂ ਤੋਂ ਜਾ ਵੀ ਚੁੱਕੀਆਂ ਸੀ ਇਸ ਤਰ੍ਹਾਂ ਸਿੰਘ ਅਕਸਰੀ ਅਕਾਲੀ ਨਾਨਾ ਸਿੰਘ ਤੇ ਉਹਨਾਂ ਦੀ ਫੌਜਾਂ ਨੂੰ ਮਿਲਣ ਜਾਇ ਕਰਦੇ ਸਨ ਉਸ ਘਟਨਾ ਦੀ ਗੱਲ ਕਰਦੇ ਜਦੋਂ ਪੰਜਾਬ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਬਾਰ-ਬਾਰ ਹਮਲੇ ਕਰਿਆ ਕਰਦਾ ਸੀ ਸਭ ਤੋਂ ਵੱਡਾ ਹਮਲਾ ਹੋਇਆ ਵੱਡਾ ਕਲੂਗਾਰਾ ਜਿਹੜਾ ਕਿ ਕੋਪਰ ਹੀੜਾ ਦੇ ਵਿੱਚ ਵਾਪਰਿਆ ਉਹਨਾਂ ਸਿੰਘ ਸਿੰਗੜੀਆਂ ਦੇ ਵਿੱਚ ਸਰਦਾਰ ਈਸਰ ਸਿੰਘ ਵੀ ਸ਼ਾਮਲ ਸੀ ਉਸ ਲੜਾਈ ਦੇ ਵਿੱਚ ਅਕਾਲੀ ਫੂਲਾ ਸਿੰਘ ਦੇ ਪਿਤਾ ਸਰਦਾਰ ਈਸਰ ਸਿੰਘ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਜਾਂਦੇ ਆ ਤੇ ਕੁਝ ਸਮੇਂ ਬਾਅਦ ਸਹੀ ਇਲਾਜ ਨਾ ਮਿਲਣ ਕਰਕੇ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਤੇ ਉਹ ਸ਼ਹੀਦੀ ਪਾ ਜਾਂਦੇ ਆ ਸਰਦਾਰ ਇਸਰ ਸਿੰਘ ਚਾਹੁੰਦੇ ਸਨ ਕਿ ਉਹਨਾਂ ਦੇ ਪੁੱਤਰ ਫੂਲਾ ਸਿੰਘ ਨੂੰ ਅਕਾਲੀ ਨਾਣਾ ਸਿੰਘ ਨੂੰ ਸੌਂਪ ਦਿੱਤਾ ਜਾਵੇ ਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਅਕਾਲੀ ਨਾਣਾ ਸਿੰਘ ਫੂਲਾ ਸਿੰਘ ਨੂੰ ਆਪਣੇ ਨਾਲ ਆਨੰਦਪੁਰ ਸਾਹਿਬ ਲੈ ਜਾਂਦੇ ਆ ਤੇ ਆਨੰਦਪੁਰ ਸਾਹਿਬ ਦੇ ਵਿੱਚ ਅਕਾਲੀ ਫੂਲਾ ਸਿੰਘ ਬੜੇ ਹੀ ਮਾਨ ਦੇ ਨਾਲ ਸੇਵਾ ਕਰਦੇ ਆ ਘੋੜਿਆਂ ਦੀ ਲਿੱਦ ਚੁੱਕਣ ਤੋਂ ਲੈ ਕੇ ਲੰਗਰ ਦੀ ਸੇਵਾ ਉਹ ਕਰਦੇ ਆ ਤੇ ਉੱਥੇ ਉਹ ਕਈ ਬਾਣੀਆਂ ਕੰਠ ਕਰ ਲੈਂਦੇ ਆ ਨਿਤਨੇਮ ਦੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਉਹ ਗ੍ਰੰਥ ਪੜ੍ਹਦੇ ਆ ਤੇ ਨਾਲ ਦੀ ਨਾਲ ਉਹ ਸ਼ਾਸਤਰ ਵਿਦਿਆ ਵੀ ਸਿੱਖ ਲੈਂਦੇ ਆ ਤੇ ਅਕਾਲੀ ਫੂਲਾ ਸਿੰਘ ਦੀ ਕਾਬਲੀਅਤ ਨੂੰ ਦੇਖਦੇ ਹੋਏ ਅਕਾਲੀ ਨਾਨਾ ਸਿੰਘ ਉਹਨਾਂ ਨੂੰ ਆਪਣੇ ਉੱਤਰਾਧਿਕਾਰੀ ਬਣਾ ਦਿੰਦੇ ਆ ਉਸ ਤੋਂ ਬਾਅਦ ਉਹ ਸਿੱਧੀ ਮਿਸਲ ਦੇ ਬਾਨੀ ਬਣ ਜਾਂਦੇ ਆ ਅਕਾਲੀ ਫੂਲਾ ਸਿੰਘ ਉਸ ਸਮੇਂ ਗੁਰਦੁਆਰਿਆਂ ਦੀ ਦੇਖਭਾਲ ਦਾ ਕੰਮ ਕਰਿਆ ਕਰਦੇ ਸਨ ਗੁਰਦੁਆਰਿਆਂ ਦੀ ਸੇਵਾ ਕਰਿਆ ਕਰਦੇ ਸਨ ਤੇ ਸ੍ਰੀ ਮੁਕਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਦਮਦਮਾ ਸਾਹਿਬ ਦੇ ਅਕਾਲ ਤਖਤ ਸਾਹਿਬ ਦੀਆਂ ਉੱਪਰਲੀ ਤਿੰਨ ਮੰਜ਼ਲਾਂ ਦੀ ਉਸਾਰੀ ਵੀ ਅਕਾਲੀ ਫੂਲਾ ਸਿੰਘ ਨੇ ਹੀ ਕਰਵਾਈ ਸੀ ਤੇ ਅਕਾਲੀ ਫੂਲਾ ਸਿੰਘ ਨੂੰ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਚੁਣਿਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਜੱਸਾ ਸਿੰਘ ਆਲੂ ਵਾਲੀਏ ਦੇ ਵੱਲੋਂ ਕਿਉਂਕਿ ਇਹਨਾਂ ਦਾ ਜਿਹੜਾ ਕੌਮ ਦੇ ਵਿੱਚ ਕਾਫੀ ਆਦਾ ਕੱਦ ਉੱਚਾ ਸੀ ਤੇ ਸਰਬਸੰਮਤੀ ਦੇ ਨਾਲ ਉਹਨਾਂ ਨੂੰ ਜਥੇਦਾਰ ਵੀ ਚੁਣ ਲਿਆ ਜਾਂਦਾ। ਵੀਡੀਓ ਨੂੰ ਅੱਗੇ ਵਧਾਉਣਿਆਂ ਗੱਲ ਹੈ 1802 ਦੀ ਜਦੋਂ ਪੰਜਾਬ ਦੇ ਉੱਤੇ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੋ ਜਾਂਦਾ ਪਰ ਉਸ ਵੇਲੇ ਅੰਮ੍ਰਿਤਸਰ ਦੇ ਵਿੱਚ ਹਜੇ ਵੀ ਭੰਗੀ ਮਿਸਲ ਦਾ ਰਾਜ ਹੁੰਦਾ। ਮਹਾਰਾਜਾ ਰਣਜੀਤ ਸਿੰਘ ਚਾਹੁੰਦੇ ਨੇ ਕਿ ਅੰਮ੍ਰਿਤਸਰ ਸਾਹਿਬ ਦੇ ਉੱਤੇ ਵੀ ਖਾਲਸਾ ਸੈਨਾ ਦਾ ਰਾਜ ਹੋਵੇ ਕਿਉਂਕਿ ਅੰਮ੍ਰਿਤਸਰ ਸਿੱਖਾਂ ਦਾ ਕੇਂਦਰ ਸੀ। ਇਸ ਕਰਕੇ ਦੋਨੇ ਫੌਜਾਂ ਅੰਮ੍ਰਿਤਸਰ ਦੇ ਵਿੱਚ ਆਮੋ ਸਾਹਮਣੇ ਹੁੰ ਪਰ ਉਸ ਸਮੇਂ ਅਕਾਲੀ ਫੂਲਾ ਸਿੰਘ ਆਪਣੇ 500 ਘੋੜਸਵਾਰਾਂ ਦੇ ਨਾਲ ਉੱਥੇ ਪਹੁੰਚਦੇ ਆ ਤੇ ਦੋਨੋਂ ਫੌਜਾਂ ਨੂੰ ਬੰਗਾਰਦੇ ਆ ਸੰਭਲ ਜਾਓ ਤੇ ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਆ ਕਿ ਤੁਸੀਂ ਇਕੱਲੇ ਇਕੱਲੇ ਮਿੱਥੂ ਕੁੱਟ ਖਾਓਗੇ ਜਾਂ ਸਾਰੇ ਫਿਰ ਇਕੱਠੇ ਹੀ ਖਾਓਗੇ ਇਹ ਸੁਣ ਕੇ ਦੋਨੋਂ ਫੌਜਾਂ ਹੈਰਾਨ ਹੋ ਜਾਂਦੀਆਂ ਨੇ ਕਿ ਅਸੀਂ ਆਪਣੇ ਆਪਣੇ ਰਾਜਾਂ ਦੇ ਮਹਾਰਾਜੇ ਆ ਤੇ ਇਸ ਤਰ੍ਹਾਂ ਸਾਨੂੰ ਬੰਗਾਰਨ ਵਾਲਾ ਉਹ ਕੌਣ ਹੁੰਦਾ ਹੈ ਤਾਂ ਪੁੱਛਦੇ ਨੇ ਤੂੰ ਕੌਣ ਐ ਅਕਾਲੀ ਫੂਲਾ ਸਿੰਘ ਕਹਿੰਦੇ ਨੇ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਿੰਘ ਆ ਜੋ ਕਿ ਤੁਹਾਨੂੰ ਖਾਲਸੇ ਦੇ ਕੇਂਦਰ ਵਿੱਚ ਇਸ ਤਰ੍ਹਾਂ ਸਿੱਖਾਂ ਦਾ ਖੂਨ ਡੋਲਣ ਨਹੀਂ ਦੇਵਾਂਗਾ ਇਸ ਤਰ੍ਹਾਂ ਅਕਾਲੀ ਫੂਲਾ ਸਿੰਘ ਦੋਨੇ ਫੌਜਾਂ ਨੂੰ ਸਮਝਾਉਂਦੇ ਆ ਤੇ ਦੋਨੇ ਫੌਜਾਂ ਦੇ ਵਿੱਚ ਸਮਝੌਤਾ ਕਰਵਾ ਦਿੰਦੇ ਆ ਤੇ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਅੰਮ੍ਰਿਤਸਰ ਦੇ ਉੱਤੇ ਰਾਜ ਸਥਾਪਿਤ ਹੋ ਜਾਂਦਾ ਤੇ ਭੰਗੀ ਮਿਸਲ ਨੂੰ ਉਹਨਾਂ ਦੇ ਰਤਬੇ ਦੇ ਮੁਤਾਬਕ ਜ਼ਗੀਰਾ ਮਹਾਰਾਜਾ ਰਣਜੀਤ ਰਣਜੀਤ ਸਿੰਘ ਦੇ ਵੱਲੋਂ ਦੇ ਦਿੱਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਅੰਮ੍ਰਿਤਸਰ ਦੀ ਧਰਤੀ ਉੱਤੇ ਸਿੱਖਾਂ ਦਾ ਖੂਨ ਡੋਲਣ ਤੋਂ ਅਕਾਲੀ ਫੂਲਾ ਸਿੰਘ ਬਚਾ ਲੈਂਦੇ ਆ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਮੁਸਲਮਾਨ ਨਰਿਤਕੀ ਮੋਰਾ ਦੇ ਰੰਗ ਰੂਪ ਤੋਂ ਕਾਫੀ ਦਾ ਖੁਸ਼ ਹੁੰਦੇ ਆ ਤੇ ਉਸਦੇ ਨਾਲ ਵਿਆਹ ਕਰਵਾ ਲੈਂਦੇ ਆ। ਉਸ ਸਮੇਂ ਅਕਾਲੀ ਫੂਲਾ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਇਆ ਕਰਦੇ ਸੀ। ਇਸ ਗੱਲ ਦਾ ਪਤਾ ਜਦੋਂ ਜਥੇਦਾਰ ਸਾਹਿਬ ਨੂੰ ਲੱਗਦਾ ਉਹ ਤਾਂ ਕਾਫੀ ਦਾ ਪਰੇਸ਼ਾਨ ਹੁੰਦੇ ਆ। ਉਸ ਸਮੇਂ ਜਥੇਦਾਰ ਸਾਹਿਬ ਦੀ ਉਪਾਦੀ ਸਾਬ ਤੋਂ ਵੱਡੀ ਹੋਇਆ ਕਰਦੀ ਸੀ ਇੱਥੋਂ ਤੱਕ ਕਿ ਮਹਾਰਾਜ ਤੋਂ ਵੀ ਵੱਡੀ। ਉਹ ਮਹਾਰਾਜਾ ਰਣਜੀਤ ਸਿੰਘ ਦੀ ਐਂਟਰੀ ਦਰਬਾਰ ਸਾਹਿਬ ਦੇ ਵਿੱਚ ਬੈਣ ਕਰ ਦਿੰਦੇ ਆ ਤੇ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਣ ਦੀ ਜਿਹੜਾ ਕਿ ਸੁਨੇਹਾ ਅਕਾਲੀ ਫੂਲਾ ਸਿੰਘ ਦੇ ਵੱਲੋਂ ਭੇਜਿਆ ਜਾਂਦਾ ਤੇ ਮਹਾਰਾਜਾ ਰਣਜੀਤ ਸਿੰਘ ਪੇਸ਼ ਹੁੰਦੇ ਨੇ ਅਕਾਲੀ ਫੂਲਾ ਸਿੰਘ ਗੁੱਸੇ ਵਿੱਚ ਹੁੰਦੇ ਨੇ ਤੇ ਉਹਨਾਂ ਨੂੰ ਨੰਗੇ ਪਿੰਡੇ 100 ਕੋੜਿਆਂ ਦੀ ਸਜ਼ਾ ਅਕਾਲੀ ਫੂਲਾ ਸਿੰਘ ਦੇ ਵੱਲੋਂ ਸੁਣਾਈ ਜਾਂਦੀ ਆ ਉਸ ਸਮੇਂ ਦੇ ਖਾਲਸਾ ਪੰਥ ਦੇ ਰਾਜੇ ਨੂੰ ਤੇ ਮਹਾਰਾਜਾ ਰਣਜੀਤ ਸਿੰਘ ਇਸ ਸਜ਼ਾ ਨੂੰ ਬਿਨਾਂ ਕਿਸੇ ਵਿਰੋਧ ਦੇ ਸਵੀਕਾਰ ਵੀ ਕਰ ਲੈਂਦੇ ਆ ਤੇ ਉਹਨਾਂ ਨੂੰ ਨੰਗੇ ਪਿੰਡੇ ਅਕਾਲ ਤਖਤ ਅਕਾਲ ਤਖਤ ਸਾਹਿਬ ਦੇ ਕੋਲੇ ਇਮਲੀ ਦੇ ਦਰਖਤ ਦੇ ਨਾਲ ਬੰਨ ਲਿਆ ਜਾਂਦਾ ਪਰ ਜਦੋਂ ਸੰਗਤ ਦੇਖਦੀਆਂ ਕਿ ਮਹਾਰਾਜੇ ਨੂੰ ਇੰਡੀ ਭਿਆਨਕ ਇਨੀ ਸਜ਼ਾ ਦਿੱਤੀ ਜਾ ਰਹੀ ਆ ਤਾਂ ਉਹਨਾਂ ਦਾ ਹਿਰਦਾ ਵੀ ਪਸੀਜ ਜਾਂਦਾ ਤੇ ਉਹ ਜਥੇਦਾਰ ਕਾਲੀ ਫੂਲਾ ਸਿੰਘ ਦੇ ਅੱਗੇ ਬੇਨਤੀ ਕਰਦੇ ਆ ਵੀ ਮਹਾਰਾਜ ਨੂੰ ਇਸ ਤਰ੍ਹਾਂ ਸਰੀਰਕ ਸਜ਼ਾ ਨਾ ਦਿੱਤੀ ਜਾਵੇ ਉਹ ਖਾਲਸਾ ਪੰਥ ਦੇ ਇਸ ਟਾਈਮ ਦੇ ਮਹਾਰਾਜੇ ਨੇ ਤੇ ਤੁਸੀਂ ਉਹਨਾਂ ਦੀ ਨਿਮਰਤਾ ਦੇਖੋ ਕਿ ਉਹ ਬਿਨਾਂ ਕੁਝ ਕਹੇ ਉਹ ਤੁਹਾਡੀ ਸਜ਼ਾ ਨੂੰ ਮੰਨ ਰਿਹਾ ਤੇ ਸੰਗ ਦੀ ਬੇਨਤੀ ਨੂੰ ਸਵੀਕਾਰ ਕਰਦੇ ਆ ਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸਜ਼ਾ ਨੂੰ ਘਟਾ ਦਿੰਦੇ ਆ ਤੇ ਉਸ ਸਜ਼ਾ ਉਸ ਸਜ਼ਾ ਨੂੰ 21ਵੀਂ 21 ਦਿਨਾਂ ਦੇ ਲਈ ਝੂਠੇ ਵਰਤਨ ਸਾਫ਼ ਕਰਨ ਦੀ ਸੇਵਾ ਵਿੱਚ ਬਦਲ ਦਿੱਤਾ ਜਾਂਦਾ ਜਿਉਂ ਆਪਾਂ ਗੱਲ ਕਰੀਏ ਅਕਾਲੀ ਫੂਲਾ ਸਿੰਘ ਦੇ ਅੰਗਰੇਜ਼ਾਂ ਦੇ ਨਾਲ ਕਿਹੋ ਜਿਹਾ ਰਿਸ਼ਤੇ ਸੀ ਅੰਗਰੇਜ਼ ਉਹਨਾਂ ਤੋਂ ਡਰਿਆ ਕਰਦੇ ਸੀ ਅਕਾਲੀ ਫੂਲਾ ਸਿੰਘ ਆਪਣੀਆਂ ਫੌਜਾਂ ਦੇ ਨਾਲ ਅੰਗਰੇਜ਼ਾਂ ਦੇ ਇਲਾਕੇ ਵਿੱਚ ਘੁੰਮਿਆ ਕਰਦੇ ਸੀ ਅੰਗਰੇਜ਼ਾਂ ਦੀ ਨਹੀਂ ਹਿੰਮਤ ਨਹੀਂ ਹੋਇਆ ਕਰਦੀ ਸੀ ਵੀ ਅੰਗਰੇਜ਼ ਅਕਾਲੀ ਫੂਲਾ ਸਿੰਘ ਨੂੰ ਉਹ ਰੋਕ ਕੋਈ ਕਹਿ ਸਕਣ ਤੇ ਰੋਕ ਸਕਣ ਇਸ ਦਾ ਕਾਰਨ ਵੀ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ 1809 ਦੇ ਵਿੱਚ ਇੱਕ ਸੰਧੀ ਹੁੰਦੀ ਆ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਕਾਰ ਸੰਧੀ ਦੇ ਵਿੱਚ ਕੀ ਸੀ ਕਿ ਦੋਨਾਂ ਰਾਜਾਂ ਦੀ ਸੀਮਾ ਨੂੰ ਸਤਲੁਜ ਦਰਿਆ ਨੂੰ ਤੈਅ ਕੀਤਾ ਜਾਵੇਗਾ ਅਕਾਲੀ ਫੂਲਾ ਸਿੰਘ ਇਸ ਸੰਧੀ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਕਿਉਂਕਿ ਖਾਲਸਾ ਰਾਜ ਸਤਲੁਜ ਦੇ ਪਰਲੇ ਪਾਸੇ ਵੀ ਹੋਇਆ ਕਰਦਾ ਸੀ ਇਸ ਸੰਧੀ ਤੋਂ ਬਾਅਦ ਉਹ ਇਲਾਕੇ ਖਾਲਸਾ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਛੱਡਣੇ ਪੈਣੇ ਸੀ ਜੋ ਕਿ ਅਕਾਲੀ ਫੂਲਾ ਸਿੰਘ ਸਹੀ ਨਹੀਂ ਸਮਝਦੇ ਸੀ ਤੇ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਇਸ ਗੱਲ ਦੇ ਕਰਕੇ ਗੁੱਸੇ ਵੀ ਹੋਏ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮੁਲਾਕਾਤ ਕਰਨੀ ਚਾਹੁੰਦੇ ਸੀ ਪਰ ਜਿਹੜੇ ਡੋਗਰੇ ਸਰਦਾਰ ਸੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਦਰਬਾਰੀ ਹੋਇਆ ਕਰਦੇ ਸੀ ਉਹ ਟਾਲਮਟੋਲ ਕਰਦੇ ਰਹੇ ਤੇ ਅਕਾਲੀ ਫੂਲਾ ਸਿੰਘ ਡੋਗਰਿਆਂ ਨੂੰ ਚੰਗਾ ਵੀ ਨਹੀਂ ਸਮਝਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਸ ਦੇ ਨਾਲ ਵੀ ਡੋਗਰੇ ਮਿਲੇ ਉਹਨਾਂ ਨੇ ਉਹ ਰਾਜ ਨੂੰ ਤਬਾਹ ਕਰ ਦਿੱਤਾ ਇਹ ਜਿਹੜੀ ਸੰਧੀ ਆ ਉਹ ਵੀ ਡੋਗਰਿਆਂ ਨੇ ਕਰਵਾਈ ਸੀ ਤੇ ਡੋਗਰੇ ਹੀ ਅੰਗਰੇਜ਼ਾਂ ਦੇ ਨਾਲ ਮਿਲ ਕੇ ਇਹ ਸੰਧੀ ਕਰਵਾਉਂਦੇ ਨੇ ਤੇ ਜਦੋਂ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣਾ ਚਾਹੁੰਦੇ ਨੇ ਪਰ ਕੋਈ ਸੁਨੇਹਾ ਨਹੀਂ ਆਉਂਦਾ ਤਾਂ ਇਸ ਤਰ੍ਹਾਂ ਅੱਕ ਕੇ ਗੁੱਸੇ ਵਿੱਚ ਆ ਕੇ ਅਕਾਲੀ ਫੂਲਾ ਸਿੰਘ ਸਿੱਧਾ ਹੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਭੱਜ ਜਾਂਦੇ ਨੇ ਪਰ ਉਸ ਸਮੇਂ ਗੱਲ ਕਾਫੀ ਦਾ ਅੱਗੇ ਵੱਧ ਚੁੱਕੀ ਹੁੰਦੀ ਆ ਉਸ ਗੱਲ ਤੋਂ ਮੁਕਰਿਆ ਨਹੀਂ ਜਾ ਸਕਦਾ ਸੀ ਤੇ ਇਹ ਸੰਧੀ ਦੋਨਾਂ ਰਾਜਾਂ ਦੇ ਵਿਚਕਾਰ ਸੀਮਾ ਮੰਨ ਲਿਆ ਜਾਂਦਾ ਇਸ ਗੱਲ ਤੋਂ ਬਹੁਤ ਦਿਦਾ ਗੁੱਸੇ ਹੋ ਜਾਂਦੇ ਨੇ ਅਕਾਲੀ ਫੂਲਾ ਸਿੰਘ ਤੇ ਉਹ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਦੁਬਾਰਾ ਆਨੰਦਪੁਰ ਸਾਹਿਬ ਚਲੇ ਜਾਂਦੇ ਨੇ ਜਦੋਂ ਆਨੰਦਪੁਰ ਸਾਹਿਬ ਆਗੇ ਆਨੰਦਪੁਰ ਸਾਹਿਬ ਅੰਗਰੇਜ਼ਾਂ ਦੇ ਹਿੱਸੇ ਵਿੱਚ ਸੀ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆਉਂਦਾ ਸੀ ਪਰ ਉਹ ਆਨੰਦਪੁਰ ਸਾਹਿਬ ਦੇ ਵਿੱਚ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਭੈਅ ਤੋਂ ਘੁੰਮਿਆ ਕਰਦੇ ਸੀ ਤੇ ਅੰਗਰੇਜ਼ਾਂ ਦੀ ਨਹੀਂ ਹਿੰਮਤ ਨਹੀਂ ਹੁੰਦੀ ਸੀ ਵੀ ਉਹਨਾਂ ਨੂੰ ਕੁਝ ਕਹਿ ਸਕਣ ਤੇ ਉਹ ਇੱਕ ਮੌਕੇ ਦੀ ਭਾਲ ਕਰ ਰਹੀ ਸੀ ਵੀ ਕਿਸੇ ਤਰੀਕੇ ਦੇ ਨਾਲ ਅਕਾਲੀ ਫੂਲਾ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਤੇ ਉਹ ਮੌਕਾ ਉਹਨਾਂ ਨੂੰ ਤਦ ਮਿਲਿਆ ਜਦੋਂ ਜੀਨ ਦਾ ਰਾਜਾ ਆਪਣੇ بیٹے ਕੁੰਬਰ ਪ੍ਰਤਾਪ ਸਿੰਘ ਨੂੰ ਆਪਣਾ ਰਾਜਾ ਐਲਾਨਣਾ ਚਾਹੁੰਦਾ ਸੀ ਉਹਨੇ ਥਾਪ ਵੀ ਦਿੱਤਾ ਸੀ ਪਰ ਅੰਗਰੇਜ਼ ਇਸ ਗੱਲ ਦਾ ਵਿਰੋਧ ਕਰਦੇ ਸੀ ਤੇ ਅੰਗਰੇਜ਼ਾਂ ਤੇ ਉਹਨਾਂ ਦੇ بیٹے ਕੁੰਬਰ ਵਿਜੇ ਪ੍ਰਤਾਪ ਦੇ ਵਿੱਚ ਕੁੰਬਰ ਪ੍ਰਤਾਪ ਸਿੰਘ ਦੀ ਵਿਚਕਾਰ ਲੜਾਈ ਹੁੰਦੀ ਹੈ ਤੇ ਉਸ ਦੇ ਵਿੱਚ ਕੁੰਬਰ ਪ੍ਰਤਾਪ ਹਾਰ ਜਾਂਦਾ ਤੇ ਉਹ ਭੱਜ ਕੇ ਆਨੰਦਪੁਰ ਸਾਹਿਬ ਅਕਾਲੀ ਫੂਲਾ ਸਿੰਘ ਦੇ ਕੋਲ ਚਲਾ ਜਾਂਦਾ ਤੇ ਅੰਗਰੇਜ਼ ਚਾਹੁੰਦੇ ਆ ਅਕਾਲੀ ਫੂਲਾ ਸਿੰਘ ਉਸ ਨੂੰ ਛੱਡਣ ਪਰ ਅਕਾਲੀ ਫੂਲਾ ਸਿੰਘ ਕਹਿੰਦੇ ਆ ਕਿ ਜਿਹੜਾ ਵੀ ਸਿੱਖਾਂ ਦੇ ਕੋਲੇ ਆਉਂਦਾ ਸਰਨ ਦੇ ਸਰਨ ਲੈਣ ਦੇ ਲਈ ਉਹ ਕਦੇ ਵੀ ਵਾਪਸ ਨਹੀਂ ਜਾਂਦਾ ਦਾ ਅੰਗਰੇਜ਼ਾਂ ਨੂੰ ਇੱਕ ਕਾਰਨ ਮਿਲ ਜਾਂਦਾ ਮੌਕਾ ਮਿਲ ਜਾਂਦਾ ਸਭ ਤੋਂ ਪਹਿਲਾਂ ਤਾਂ ਉਹ ਫਲੋਰ ਕਿਲੇ ਦੇ ਦੀਵਾਨ ਮੋਤੀराम ਨੂੰ ਫੌਜ ਲੈ ਕੇ ਕਾਲੀ ਫੂਲਾ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਲਈ ਭੇਜਦੇ ਆ ਪਰ ਫੌਜ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਕਿਸ ਕਾਰਨ ਦੇ ਕਰਕੇ ਆਨੰਦਪੁਰ ਸਾਹਿਬ ਦੇ ਉੱਤੇ ਚੜ੍ਹਾਈ ਕੀਤੀ ਜਾ ਰਹੀ ਹੈ ਉਸ ਸਮੇਂ ਜਦੋਂ ਲੜਾਈ ਸ਼ੁਰੂ ਹੁੰਦੀ ਹੈ ਜਦੋਂ ਕਾਲੀ ਫੂਲਾ ਸਿੰਘ ਸਾਹਮਣੇ ਆਉਂਦੇ ਆ ਤਾਂ ਫੌਜ ਹਥਿਆਰ ਸੁੱਟ ਦਿੰਦੀ ਆ ਇਸ ਤਰ੍ਹਾਂ ਦੀ ਸ਼ਖਸੀਅਤ ਸੀ ਅਕਾਲੀ ਫੂਲਾ ਸਿੰਘ ਦੀ ਉਸ ਤੋਂ ਬਾਅਦ ਨਾਬਾ ਤੇ ਮਲੇਰਕੋਟਲਾ ਦੇ ਨਵਾਬਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਅਕਾਲੀ ਫੂਲਾ ਸਿੰਘ ਨੂੰ ਗ੍ਰਿਫਤਾਰ ਕਰਨ ਜਾਓ ਪਰ ਅਕਾਲੀ ਫੂਲਾ ਸਿੰਘ ਦੀ ਸ਼ਖਸੀਅਤ ਦੇ ਕਰਕੇ ਉਹਨਾਂ ਦੇ ਉੱਚੇ ਲੰਬੇ ਕਾਦੇ ਕਰਕੇ ਜਿਹੜੇ ਰਾਜੇ ਸੀ ਇਹਨਾਂ ਰਿਆਸਤਾਂ ਦੇ ਉਹ ਵੀ ਤਿਆਰ ਨਹੀਂ ਹੁੰਦੇ ਉਸ ਤੋਂ ਬਾਅਦ ਅੰਗਰੇਜ਼ ਪੰਜਾਬ ਦੇ ਵੱਲ ਤੱਕਦੇ ਆ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਜਾਂਦਾ ਵੀ ਕੁੰਬਰ ਵਿਜੇ ਪ੍ਰਤਾਪ ਨੂੰ ਸਾਡੇ ਹਵਾਲੇ ਕੀਤਾ ਜਾਵੇ ਉਸ ਤੋਂ ਬਾਅਦ ਬਾਬਾ ਸਹਿਬ ਸਿੰਘ ਬੇਦੀ ਜੋ ਕਿ ਗੁਰੂ ਨਾਨਕ ਸਾਹਿਬ ਦੇ ਵੰਸ਼ ਵਿੱਚੋਂ ਆਉਂਦੇ ਸੀ ਉਹਨਾਂ ਦੀ ਅਕਾਲੀ ਫੂਲਾ ਸਿੰਘ ਦੇ ਨਾਲ ਕਾਫੀ ਉਹਦਾ ਮਿੱਤਰਤਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਸੰਦੇਸ਼ ਅਕਾਲੀ ਫੂਲਾ ਸਿੰਘ ਦੇ ਕੋਲ ਲੈ ਕੇ ਆਉਂਦੇ ਆ ਤੇ ਉਸ ਵਿੱਚ ਲਿਖਿਆ ਹੁੰਦਾ ਵੀ ਮਹਾਰਾਜਾ ਰਣਜੀਤ ਸਿੰਘ ਆਪਣੀ ਗਲਤੀ ਨੂੰ ਮੰਨਦੇ ਆ ਤੇ ਕੁੰਬਰ ਵਿਜੇ ਪ੍ਰਤਾਪ ਦੇ ਵਿੱਚ ਬਾਬਾ ਸਹਿਬ ਸਿੰਘ ਬੇਦੀ ਤੇ ਅੰਗਰੇਜ਼ਾਂ ਦੇ ਵਿਚਕਾਰ ਸਮਝੌਤਾ ਕਰਵਾਇਆ ਜਾਂਦਾ ਤੇ ਵਿਜੇ ਪ੍ਰਤਾਪ ਨੂੰ ਕੁੰਬਰ ਮaaf ਕਰਨਾ ਕੁੰਬਰ ਪ੍ਰਤਾਪ ਸਿੰਘ ਕੁੰਬਰ ਪ੍ਰਤਾਪ ਸਿੰਘ ਨੂੰ ਜਿਹੜਾ ਕਿ ਜੀਨ ਦਾ ਰਾਜਾ ਬਣਾ ਦਿੱਤਾ ਜਾਂਦਾ ਪਰ ਉਹ ਕਾਫੀ ਲੰਬੇ ਸਮੇਂ ਤੱਕ ਜਿਹੜਾ ਕਿ ਰਾਜ ਜੀਨ ਦੀ ਉੱਤੇ ਨਹੀਂ ਕਰ ਪਾਉਂਦੇ ਉਸ ਕਰ ਲੈਂਦੇ ਆ ਪਰ ਅਕਾਲੀ ਫੂਲਾ ਸਿੰਘ ਉਹ ਸਮਝੌਤਾ ਕਰਵਾ ਕੇ ਦੁਬਾਰਾ ਅੰਮ੍ਰਿਤਸਰ ਸਾਹਿਬ ਚਲੇ ਜਾਂਦੇ ਆ ਆਪਾਂ ਸਾਰਿਆਂ ਨੂੰ ਇਸ ਇਤਿਹਾਸ ਬਾਰੇ ਤਾਂ ਪਤਾ ਵੀ ਦਰਬਾਰ ਸਾਹਿਬ ਦੇ ਉੱਤੇ ਸੋਨਾ ਚੜਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਪਰ ਇਸ ਦੇ ਪਿੱਛੇ ਦਾ ਕਾਰਨ ਕੀ ਸੀ ਕਿਉਂ ਕਰਵਾਈ ਗਈ ਸੀ ਕਿਸ ਨੇ ਕਹਿ ਕੇ ਕਰਵਾਈ ਸੀ ਇਸ ਇਤਿਹਾਸ ਬਾਰੇ ਆਪਾਂ ਨੂੰ ਨਹੀਂ ਪਤਾ ਇਹ ਇਤਿਹਾਸ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਦੇ ਪਿੱਛੇ ਵੀ ਅਕਾਲੀ ਫੂਲਾ ਸਿੰਘ ਦਾ ਹੱਥ ਸੀ ਜਦੋਂ ਮੁਲਤਾਨ ਦਾ ਨਵਾਬ ਮੁਜੱਫਰ ਖਾਨ ਸਲਾਨਾ ਮਾਲੀਆ ਦੇਣ ਤੋਂ ਇਨਕਾਰ ਕਰ ਦਿੰਦਾ ਮਹਾਰਾਜਾ ਰਣਜੀਤ ਸਿੰਘ ਖਾਲਸਾ ਫੌਜ ਨੂੰ ਸਿੱਖ ਫੌਜ ਨੂੰ ਮੁਜੱਫਰ ਖਾਨ ਨੂੰ ਸਜ਼ਾ ਦੇਣ ਦੇ ਲਈ ਭੇਜਦੇ ਆ ਪਰ ਜਦੋਂ ਫੌਜ ਉੱਥੇ ਪਹੁੰਚਦੀਆਂ ਲੜਾਈਆਂ ਹੁੰਦੀਆਂ ਨੇ ਪਰ ਕੋਈ ਵੀ ਮੁਜੱਫਰ ਖਾਨ ਦੇ ਕੋਲੇ ਨਹੀਂ ਪਹੁੰਚ ਪਾਉਂਦਾ ਤੇ ਸਿੱਖ ਫੌਜ ਦਾ ਵੱਡਾ ਨੁਕਸਾਨ ਹੋ ਜਾਂਦਾ ਸਿੱਖ ਫੌਜ ਮੁੜ ਕੇ ਲਾਹੌਰ ਆ ਜਾਂਦੀ ਆ ਪਰ ਇਸ ਗੱਲ ਤੋਂ ਮਹਾਰਾਜਾ ਰਣਜੀਤ ਸਿੰਘ ਕਾਫੀ ਦਾ ਪਰੇਸ਼ਾਨ ਹੁੰਦੇ ਨੇ ਦੁਖੀ ਹੁੰਦੇ ਨੇ ਉਹ ਖਾਲਸਾ ਸੈਨਾ ਦੀ ਖਾਲਸਾ ਫੌਜ ਦੀ ਹਾਰ ਨੂੰ ਸਵੀਕਾਰ ਨਹੀਂ ਕਰ ਪਾ ਰਹੇ ਸੀ ਇਸ ਕਰਕੇ 25000 ਦੀ ਫੌਜ ਸਹਬ ਜਦਾ ਖੜਕ ਸਿੰਘ ਤੇ ਦੀਵਾਨ ਜੰਦੀ ਅਗਵਾਈ ਦੇ ਵਿੱਚ ਫਿਰ ਮਲਤਾਨ ਦੇ ਵਿੱਚ ਭੇਜੀ ਜਾਂਦੀ ਆ ਜਦੋਂ ਇਹ ਫੌਜਾਂ ਉੱਤੇ ਪਹੁੰਚਦੀਆਂ ਨੇ ਮੁਲਤਾਨ ਦੇ ਮੈਦਾਨਾਂ ਵਿੱਚ ਭਿਆਨਕ ਲੜਾਈਆਂ ਹੁੰਦੀਆਂ ਨੇ ਤੇ ਦੋਨੋਂ ਫੌਜਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਉਸ ਸਮੇਂ ਪ੍ਰੋਬਲਮ ਇਹ ਆ ਰਹੀ ਸੀ ਇੱਕ ਤਾਂ ਮੁਲਤਾਨ ਦੇ ਵਿੱਚ ਕਹਿਰ ਦੀਆਂ ਧੁੱਪਾਂ ਚੱਲ ਰਹੀਆਂ ਸੀ ਉਸ ਸਮੇਂ ਉੱਥੇ ਬਿਮਾਰੀਆਂ ਵੀ ਫੈਲ ਚੁੱਕੀਆਂ ਸੀ ਕਿਉਂਕਿ ਊਠਾਂ ਤੇ ਘੋੜਿਆਂ ਦੀਆਂ ਜਿਹੜੀਆਂ ਕਿ ਲਾਸਾਂ ਤੋਂ ਕਰਕੇ ਉੱਤੇ ਹੈਜਾ ਨਾਮ ਦੀ ਬਿਮਾਰੀ ਫੈਲ ਚੁੱਕੀ ਸੀ ਤੇ ਪਾਣੀ ਦੀ ਜਿਹੜੀ ਕੁਆਲਿਟੀ ਸੀ ਉਹ ਵੀ ਖਰਾਬ ਹੋ ਗਈ ਸੀ ਤੇ ਸਾਬਜੰਦਾ ਖੜਕੇ ਸਿੰਘ ਖਾਰੇ ਸਾਰਿਆਂ ਨੂੰ ਇਕੱਠਾ ਕਰਦੇ ਨੇ ਤੇ ਉਹ ਕਹਿੰਦੇ ਨੇ ਵੀ ਆਪਾਂ ਕਿਲੇ ਦੇ ਆਲੇ ਦੁਆਲੇ ਸੁਰੰਗਾਂ ਪੁੱਟਾਂਗੇ ਸੁਰੰਗਾਂ ਦੇ ਵਿੱਚ ਬਾਅਦ ਵਿੱਚ ਆਪਾਂ ਬਾਰੂਦ ਭਰਿਆ ਜਾਵੇਗਾ ਤੇ ਕਿਲੇ ਨੂੰ ਉਡਾ ਦਿੱਤਾ ਜਾਵੇਗਾ ਇਸ ਤਰ੍ਹਾਂ ਮਲਤਾਨ ਨੂੰ ਜਿੱਤ ਲਿਆ ਜਾਵੇਗਾ ਸੁਰੰਗਾਂ ਪੱਟੀਆਂ ਜਾਂਦੀਆਂ ਨੇ ਪਰ ਜਦੋਂ ਬਾਰੂਦ ਭਰਨ ਦੀ ਵਾਰੀ ਆਉਂਦੀ ਆ ਉਸ ਸਮੇਂ ਉੱਥੇ ਮੀਂਹ ਆ ਜਾਂਦਾ ਤੇ ਸਾਰੀਆਂ ਸੁਰੰਗਾਂ ਦੇ ਵਿੱਚ ਪਾਣੀ ਭਰ ਜਾਂਦਾ ਪਰ ਉਹ ਰਾਤ ਬੜੀ ਔਖਾਈ ਦੇ ਨਾਲ ਕੱਟਦੀ ਆ ਉਸ ਤੋਂ ਬਾਅਦ ਕਿਸੇ ਨਾ ਕਿਸੇ ਤਰੀਕੇ ਕੁਝ ਸੁਰੰਗਾਂ ਦੇ ਵਿੱਚੋਂ ਉਹ ਪਾੜ પા ਕੇ ਪਾਣੀ ਕੱਢਿਆ ਜਾਂਦਾ ਤੇ ਉਸ ਕਲੇ ਨੂੰ ਜਿੱਤ ਲਿਆ ਜਾਂਦਾ ਤੇ ਹੁਣ ਵਾਰੀ ਆਉਂਦੀ ਆ ਮੁਲਤਾਨ ਦੇ ਪੱਕੇ ਕਲੇ ਨੂੰ ਜਿੱਤਣ ਦੀ ਜਦੋਂ ਵੀ ਖਾਲਸਾ ਫੌਜ ਨੂੰ ਕੋਈ ਜੰਗ ਜਿੱਤਣ ਦੇ ਵਿੱਚ ਮੁਸ਼ਕਿਲ ਆਇਆ ਕਰਦੀ ਸੀ ਤਾਂ ਸਿੱਖਾਂ ਦੇ ਮਹਾਰਾਜੇ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਕਰਦੇ ਸੀ ਉੱਥੇ ਕੜਾ ਪ੍ਰਸਾਦ ਕਰਵਾਇਆ ਕਰਦੇ ਸੀ ਤੇ ਅਰਦਾਸ ਕਰਿਆ ਕਰਦੇ ਸੀ ਮੁਲਤਾਨ ਨੂੰ ਜਤਨ ਦੇ ਵਿੱਚ ਵੀ ਮੁਸ਼ਕਿਲ ਆ ਰਹੀ ਸੀ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਜਾਂਦੇ ਨੇ ਮੱਥਾ ਟੇਕਦੇ ਨੇ ਕੜਾ ਪ੍ਰਸਾਦ ਕਰਵਾਉਂਦੇ ਨੇ ਅਕਾਲੀ ਫੂਲਾ ਸਿੰਘ ਦੇ ਕੋਲ ਹੀ ਪਹੁੰਚਦੇ ਆ ਉੱਥੇ ਵੀ ਕਈ ਸੌ ਰੁਪਏ ਦੇ ਕੜਾ ਪ੍ਰਸਾਦ ਕਰਵਾਉਂਦੇ ਨੇ ਤੇ ਸਾਰੀਆਂ ਮੁਸ਼ਕਲਾਂ ਜੋ ਕਿ ਮੁਲਤਾਨ ਨੂੰ ਜਤਨ ਦੇ ਵਿੱਚ ਆ ਰਹੀਆਂ ਸੀ ਉਸ ਬਾਰੇ ਅਕਾਲੀ ਫੂਲਾ ਸਿੰਘ ਨੂੰ ਦੱਸਦੇ ਨੇ ਅਕਾਲੀ ਫੂਲਾ ਸਿੰਘ ਉਹਨਾਂ ਨੂੰ ਕਹਿੰਦੇ ਆ ਮਹਾਰਾਜਾ ਰਣਜੀਤ ਸਿੰਘ ਨੂੰ ਬੇਨਤੀ ਕਰਦੇ ਆ ਕਿ ਸਿੱਖ ਕੌਮ ਦਾ ਇਹ ਕੰਮ ਕਾਫੀ ਲੰਬੇ ਸਮੇਂ ਤੋਂ ਅਧੂਰਾ ਪਿਆ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਕਹਿੰਦੇ ਆ ਹੁਕਮ ਫਰਵਾਓ ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਉਹਨਾਂ ਨੂੰ ਦੱਸਦੇ ਆ ਜਦੋਂ ਗੁਰੂ ਅਮਰਦਾਸ ਸਾਹਿਬ ਨੇ ਆਪਣੀ ਬੇਟੀ ਦਾ ਰਿਸ਼ਤਾ ਸਿੱਖਣ ਦੇ ਚੌਥੇ ਗੁਰੂ ਗੁਰੂ ਰਾਮਦਾਸ ਸਾਹਿਬ ਨਾਲ ਕੀਤਾ ਸੀ ਤਾਂ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਮੇਰੇ ਗਰੀਬ ਦੇ ਨਾਲ ਆਪਣੀ ਬੇਟੀ ਦਾ ਰਿਸ਼ਤਾ ਕਰ ਰਹੇ ਹੋ ਮੇਰੇ ਕੋਲੇ ਤਾਂ ਕੁਝ ਵੀ ਨਹੀਂ ਹੈ ਤਾਂ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ ਤੁਸੀਂ ਡਰੋ ਨਾ ਇੱਕ ਦਿਨ ਤੁਹਾਡੀ ਕੁਲ ਦੇ ਕੋਲੇ ਸੋਹਣੇ ਦੇ ਮਹਿਲ ਹੋਣਗੇ ਤਾਂ ਅਕਾਲੀ ਫੂਲਾ ਸਿੰਘ ਕਹਿੰਦੇ ਆ ਕਿ ਆਹ ਗੱਲ ਅਜੇ ਤੱਕ ਪੂਰੀ ਨਹੀਂ ਹੋਈ ਹੁਣ ਖਾਲਸੇ ਦਾ ਰਾਜ ਹੈ ਜੇ ਹੁਣ ਵੀ ਪੂਰੀ ਨਾ ਹੋਈ ਤਾਂ ਅੱਗੇ ਚੱਲ ਕੇ ਸ਼ਾਇਦ ਕਦੇ ਵੀ ਪੂਰੀ ਨਾ ਹੋ ਸਕੇ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਵਚਨ ਦਿੰਦੇ ਆ ਮੁਲਤਾਨ ਨੂੰ ਜਿੱਤਣ ਤੋਂ ਬਾਅਦ ਜੋ ਵੀ ਸੋਨਾ ਉੱਥੋਂ ਮਿਲੇਗਾ ਉਸਨੂੰ ਦਰਬਾਰ ਸਾਹਿਬ ਦੇ ਉੱਤੇ ਲਗਾਇਆ ਜਾਵੇਗਾ ਤੇ ਜਿਹੜੀ ਕਿ ਪਰਿਗਰਮਾਂ ਦੇ ਵਿੱਚ ਸੰਗ ਬਰਮਰ ਦੇ ਫਰਸ਼ ਵੀ ਲਗਾਏ ਜਾਣਗੇ ਉਸ ਤੋਂ ਬਾਅਦ ਅਕਾਲੀ ਫੂਲਾ ਸਿੰਘ ਆਪਣੀ ਫੌਜ ਦੇ ਨੂੰ ਨਾਲ ਲੈ ਕੇ ਮੁਲਤਾਨ ਦੇ ਉੱਤੇ ਚੜ੍ਹਾਈ ਕਰਦੇ ਆ ਤੇ ਨਾਲ ਉਹਨਾਂ ਦਾ ਤੂਬਖਾਨਾ ਵੀ ਜਾਂਦਾ ਤੂਬਖਾਨੇ ਦੇ ਨਾਲ ਕਿਉਂਕਿ ਜਦੋਂ ਸਾਹਿਬ ਜਦਾ ਖੜਕ ਸਿੰਘ ਤੇ ਦੀਵਾਨ ਚੰਦ ਮੁਲਤਾਨ ਦੇ ਪੱਕੇ ਕਿਲੇ ਨੂੰ ਜਿੱਤਣ ਦੇ ਵਿੱਚ ਜ਼ੋਰ ਲਗਾ ਰਹੇ ਹੁੰਦੇ ਆ ਜੰਗ ਲੜ ਰਹੇ ਹੁੰਦੇ ਆ ਤਾਂ ਮੁਲਤਾਨ ਦੇ ਕਿਲੇ ਦੀਆਂ ਇਹ ਦਿਵਾਰਾਂ ਸੀ ਉਹ ਕਾਫੀ ਦਾ ਸਖਤ ਸੀ ਤੋਪਾਂ ਦੇ ਗੋਲਿਆਂ ਦਾ ਉਸ ਤੇ ਕੋਈ ਵੀ ਅਸਰ ਨਹੀਂ ਹੁੰਦਾ ਜਦੋਂ ਅਕਾਲੀ ਫੂਲਾ ਸਿੰਘ ਦੀ ਫੌਜ ਮੁਲਤਾਨ ਪਹੁੰਚਦੀ ਆ ਤੋਪਖਾਨੇ ਦੇ ਨਾਲ ਬਾਹਰ ਕੀਤੇ ਜਾਂਦੇ ਆ ਥੋੜੇ ਬਾਰਾਂ ਦੇ ਨਾਲ ਹੀ ਕਿਲੇ ਦੀ ਕੰਧ ਨੂੰ ਪਾੜ ਦਿੱਤਾ ਜਾਂਦਾ ਤੇ ਫੌਜ ਅੱਗੇ ਵਧ ਕੇ ਮੁਲਤਾਨ ਦੇ ਪੱਕੇ ਕਿਲੇ ਨੂੰ ਵੀ ਜਿੱਤ ਲੈਂਦੀ ਆ ਉਸ ਲੜਾਈ ਦੇ ਵਿੱਚ ਜਿਹੜਾ ਕਿ ਮੁਜੱਫਰ ਖਾਨ ਸੀ ਜੋ ਕਿ ਮਲਤਾਨ ਦਾ ਨਵਾਬ ਸੀ ਉਹ ਵੀ ਮਾਰਿਆ ਜਾਂਦਾ ਉਸਦੇ ਪੰਜ ਪੁੱਤਰ ਵੀ ਮਾਰੇ ਜਾਂਦੇ ਤੇ ਸਿੱਖ ਮਲਤਾਨ ਦੀ ਉੱਤੇ ਕਬਜ਼ਾ ਕਰ ਲੈਂਦੇ ਆ ਜਿਸ ਤੋਪ ਦੇ ਨਾਲ ਬਾਰ ਕੀਤੇ ਜਾਂਦੇ ਆ ਕਿਲੇ ਦੀਆਂ ਦੀਵਾਰਾਂ ਦੇ ਉੱਤੇ ਉਹ ਅਕਾਲੀਆਂ ਦੀ ਤੋਪ ਸੀ ਤੇ ਉਸ ਨੂੰ ਚਲਾਉਣਾ ਵੀ ਅਕਾਲੀ ਸੈਨਿਕ ਹੀ ਜਾਣਦੇ ਸੀ ਇਸ ਤਰ੍ਹਾਂ ਅਕਾਲੀ ਫੂਲਾ ਸਿੰਘ ਉਸ ਤੋਂ ਬਾਅਦ ਉਸ ਕਿਲੇ ਨੂੰ ਜਿੱਤ ਲੈਂਦੇ ਆ ਤੇ ਉਹ ਉੱਥੋਂ ਜਿਹੜਾ ਸੋਨਾ ਮਿਲਦਾ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਲਿਆਂਦਾ ਜਾਂਦਾ ਤੇ ਕਈ ਸੁਨਿਆਰਾਂ ਨੂੰ ਉੱਤੇ ਸੱਧਿਆ ਜਾਂਦਾ ਉਸ ਤੋਂ ਬਾਅਦ ਉਹ ਸੋਨਾ ਦਰਬਾਰ ਸਾਹਿਬ ਦੀ ਇਮਾਰਤ ਉੱਤੇ ਲਗਾਇਆ ਜਾਂਦਾ ਇਹ ਸੀ ਇਤਿਹਾਸ ਦਰਬਾਰ ਸਾਹਿਬ ਦੇ ਉੱਤੇ ਸੋਨਾ ਚੜਨ ਦਾ ਤੇ ਹੁਣ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਅਕਾਲੀ ਫੁੱਲਾ ਸਿੰਘ ਦੇ ਜੀਵਨ ਦੀ ਆਖਰੀ ਲੜਾਈ ਦੇ ਬਾਰੇ ਜਦੋਂ ਮੁਹੰਮਦ ਅਜੀਮ ਖਾਨ ਪੇ ਸਾਬਰ ਅਤੇ ਮਲਤਾਨ ਦੇ ਇਲਾਕਿਆਂ ਨੂੰ ਦੁਬਾਰਾ ਜਿੱਤਣ ਦੀ ਕੋਸ਼ਿਸ਼ ਕਰਦਾ ਜਨਵਰੀ 1823 ਦੇ ਵਿੱਚ ਤਾਂ ਉਹ ਇਸ جنگ ਨੂੰ ਕਾਫਿਰ ਅਤੇ ਮੁਸਲਮਾਨ ਦੀ جنگ ਦਾ ਨਾਂ ਦਿੰਦਾ ਕਾਫਿਰ ਇਸ ਵਿੱਚ ਸਿੱਖਾਂ ਨੂੰ ਆਖਿਆ ਗਿਆ ਸੀ ਤੇ ਜੰਗ ਦੇ ਲਈ ਨੁਸਹਿਰਾ ਤੇ ਨਿਸਤ ਨਗਰ ਦੇ ਇਲਾਕਿਆਂ ਨੂੰ ਚੁਣਿਆ ਜਾਂਦਾ ਅਫਗਾਨ ਸੈਨਾ ਪਹਿਲਾ ਮੋਰਚਾ ਅਟਕ ਦਰਿਆ ਤੋਂ ਪਾਰ ਲੈ ਲੈਂਦੀ ਹੈ ਤਾਂ ਕਿ ਅਟਕ ਦਰਿਆ ਦੇ ਉੱਤੇ ਹੀ ਸਿੱਖ ਸੈਨਾ ਨੂੰ ਰੋਕਿਆ ਜਾ ਸਕੇ ਤੇ ਜਿਹੜੇ ਸਾਰੇ ਪੁੱਲ ਨੇ ਉਹ ਤੋੜ ਦਿੱਤੇ ਜਾਂਦੇ ਨੇ ਸਭ ਤੋਂ ਪਹਿਲਾਂ ਸਹਾਜਦਾ ਸੇਰ ਸਿੰਘ ਤੇ ਹਰੀ ਸਿੰਘ ਨਲੂਆ 2000 ਘੋੜਸਵਾਰਾਂ ਦੀ ਫੌਜ ਦੇ ਨਾਲ ਅੱਗੇ ਵਧਦੇ ਆ ਤੇ ਉਹ ਅਟਕ ਦਰਿਆ ਨੂੰ ਪਾਰ ਕਰਕੇ ਇੱਕ ਛੋਟੇ ਗਲੇ ਨੂੰ ਜਿੱਤ ਲੈਂਦੇ ਆ ਤੇ ਜਿਹੜੀਆਂ ਬਾਕੀ ਫੌਜਾਂ ਸੀ ਜਿਨ੍ਹਾਂ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਤੇ ਦੇਸਾ ਸਿੰਘ ਮਜੀਠੀਆ ਕਰ ਰਹੇ ਹੁੰਦੇ ਆ ਉਹ ਪੰਜਵੇਂ ਦਿਨ ਉੱਥੇ ਪਹੁੰਚਦਿਆਂ ਨੇ ਪਰ ਜਦੋਂ ਅਫਗਾਨਾਂ ਨੂੰ ਪਤਾ ਚੱਲਦਾ ਵੀ ਹਰੀ ਸਿੰਘ ਨਲੂਆ ਤੇ ਸਹਾਦਾ ਸੇਹ ਸਿੰਘ ਨੇ ਇੱਕ ਛੋਟਾ ਕਿਲਾ ਜਿੱਤ ਲਿਆ ਉਹ ਆਲੇ-ਦੁਆਲੇੋਂ ਉਸ ਕਿਲੇ ਨੂੰ ਘੇਰ ਲੈਂਦੇ ਨੇ ਤੇ ਉਸ ਦੇ ਵਿੱਚ ਸਿੱਖ ਸੈਨਾ ਵੀ ਹੁੰਦੀ ਆ ਉਸ ਛੋਟੇ ਕਿਲੇ ਵਿੱਚ ਪਰ ਜਿਹੜੀ ਬਾਕੀ ਸੈਨਾ ਸੀ ਉਹ اٹਕ ਦਰਿਆ ਦੇ ਇਸ ਸਾਈਡ ਹੀ ਹੁੰਦੀ ਆ ਜਦੋਂ ਅਕਾਲੀ ਫੂਲਾ ਸਿੰਘ ਨੂੰ ਇਸ ਗੱਲ ਦਾ ਪਤਾ ਚੱਲਦਾ ਵੀ ਅਫਗਾਨਾਂ ਨੇ ਕਿਲੇ ਨੂੰ ਘੇਰ ਲਿਆ ਉਹ ਬਿਨਾਂ ਕੋਈ ਪਰਵਾਹ ਕੀਤੇ ਉਸ ਦਰਿਆ ਨੂੰ ਅਟਕ ਦਰਿਆ ਨੂੰ ਪਾਰ ਕਰਦੇ ਆ ਤੇ ਇਸ ਦੇ ਵਿੱਚ ਕਈ ਸਿੱਖ ਸੈਨਿਕ ਗੁਰੂੜ ਵੀ ਜਾਂਦੇ ਆ ਤੇ ਉਸ ਦੇ ਪਿੱਛੇ ਮਹਾਰਾਜਾ ਰਣਜੀਤ ਸਿੰਘ ਤੇ ਬਾਕੀ ਦੇ ਜਰਨੈਲ ਉਸ ਕਿਲੇ ਨੂੰ ਪਾਰ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਉਸ ਕਿਲੇ ਨੂੰ ਬਚਾਇਆ ਜਾਂਦਾ ਤੇ ਸਿੱਖ ਸੈਨਾਂ ਨੂੰ ਵੀ ਬਚਾ ਲਿਆ ਜਾਂਦਾ ਤੇ ਹੁਣ ਗੱਲ ਹੁੰਦੀ ਆ ਵੱਡੇ ਜਿਹੜਾ ਕਿ ਵੱਡੀ ਲੜਾਈ ਹੋਣੀ ਸੀ ਜਿਹੜੀ ਕਿ ਨੁਸਹਿਰਾ ਤੇ ਨਿਸਤ ਨਗਰ ਦੇ ਇਲਾਕਿਆਂ ਵਿੱਚ ਹੋਣੀ ਸੀ ਉਸ ਲੜਾਈ ਦੇ ਲਈ ਮਹਾਰਾਜਾ ਰਣਜੀਤ ਸਿੰਘ ਚਾਹੁੰਦੇ ਆ ਵੀ ਆਪਾਂ ਕੱਲ ਤੋਂ ਲੜਾਈ ਸ਼ੁਰੂ ਕਰੀਏ ਅੱਜ ਰਾਤ ਸਿੱਖ ਸੈਨਾ ਨੂੰ ਆਰਾਮ ਕਰ ਲੈਣਾ ਚਾਹੀਦਾ ਪਰ ਅਕਾਲੀ ਫੂਲਾ ਸਿੰਘ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੁੰਦੇ ਉਹ ਨਹੀਂ ਚਾਹੁੰਦੇ ਕਿ ਮੁਗਲ ਮਾਫ ਕਰਨਾ ਅਫਗਾਨਾਂ ਨੂੰ ਇੱਕ ਰਾਤ ਦਾ ਸਮਾਂ ਦਿੱਤਾ ਜਾਵੇ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਇੱਕ ਰਾਤ ਦਾ ਸਮਾਂ ਅਫਗਾਨਾਂ ਨੂੰ ਆਪਾਂ ਦੇ ਦਿੱਤਾ ਤਾਂ ਉਹ ਹੋਰ ਸੈਨਾ ਵੀ ਮੰਗਾ ਸਕਦੇ ਆ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਆ ਕਿ ਖਾਲਸਾ ਸੈਨਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਇਹਨਾਂ ਨੂੰ ਕੜਾ ਪ੍ਰਸਾਦ ਖਵਾਇਆ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕੀਤੀ ਜਾਵੇ ਕਿਉਂਕਿ ਜਦੋਂ ਵੀ ਸਿੱਖ ਸੈਨਾ ਅੱਗੇ ਵੱਧਦੀ ਹੁੰਦੀ ਸੀ ਲੜਾਈਆਂ ਦੇ ਲਈ ਤਾਂ ਇੱਕ ਬੱਗੀ ਉਹਨਾਂ ਦੇ ਨਾਲ ਚੱਲਦੀ ਸੀ ਇਸ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਹੁੰਦੇ ਸੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕੀਤੀ ਜਾਂਦੀ ਆ ਤੇ ਸਿੱਖ ਸੈਨਾ ਅੱਗੇ ਵੱਧਦੀ ਆ ਜਿਸ ਦੀ ਅਗਵਾਈ ਕਰਦੇ ਆ ਅਕਾਲੀ ਫੂਲਾ ਸਿੰਘ ਜਿਸ ਦਾ ਜ਼ਿਕਰ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਵੀ ਕੀਤਾ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਖਬਰੀ ਦੇ ਕੋਲੋਂ ਪਤਾ ਚੱਲਦਾ ਕਿ ਅਫਗਾਨਾਂ ਦੇ ਕੋਲੇ ਤੋਪਖਾਨਾ ਪਹੁੰਚ ਚੁੱਕਿਆ ਉਹ ਪਹਾੜੀ ਦੇ ਉੱਤੇ ਉਹਨਾਂ ਨੇ ਆਪਣਾ ਪੱਕਾ ਟਿਕਾਣਾ ਬਣਾ ਲਿਆ ਤੇ ਉਹ ਤੋਪਖਾਨੇ ਦੇ ਨਾਲ ਸਿੱਖ ਸੈਨਾ ਦੇ ਉੱਤੇ ਬਾਰ ਕਰਨਗੇ ਤਾਂ ਉਹ ਅਕਾਲੀ ਫੂਲਾ ਸਿੰਘ ਦੇ ਕੋਲ ਜਾਂਦੇ ਆ ਅੱਗੇ ਹੋ ਕੇ ਬੇਨਤੀ ਕਰਦੇ ਆ ਕਿ ਜਥੇਦਾਰ ਸਾਹਿਬ ਆਪਾਂ ਨੂੰ ਹਜੇ ਅੱਗੇ ਨਹੀਂ ਵਧਣਾ ਚਾਹੀਦਾ ਆਪਣੇ ਵਾਲਾ ਤੋਪਖਾਨਾ ਹਜੇ ਨਹੀਂ ਆਇਆ ਉਹਨਾਂ ਕੋਲੇ ਤੋਪਖਾਨਾ ਪਹੁੰਚ ਚੁੱਕਿਆ ਜੇ ਆਪਾਂ ਅੱਗੇ ਵਧੇ ਆਪਣਾ ਨੁਕਸਾਨ ਜ਼ਿਆਦਾ ਹੋ ਸਕਦਾ ਅਕਾਲੀ ਫੂਲਾ ਸਿੰਘ ਉਸ ਸਮੇਂ ਉਹਨਾਂ ਨੂੰ ਕਹਦੇ ਆ ਪਰੇ ਹੋ ਜਾ ਕਾਣਿਆ ਨਹੀਂ ਤੇਰੇ ਵਿੱਚ ਦੀ ਸਮਸ਼ੀਰ ਕੱਟ ਦੇਵ ਤਾ ਇਸ ਇੱਕ ਗੱਲ ਸੁਣ ਕੇ ਉਹ ਪਰੇ ਹੋ ਜਾਂਦੇ ਨੇ ਕਿਉਂਕਿ ਕੱਲ੍ਹ ਹੀ ਫੂਲਾ ਸਿੰਘ ਉਹਨਾਂ ਨੂੰ ਕਹਿੰਦੇ ਆ ਕਿ ਮੈਨੂੰ ਆਪਣੇ ਗੁਰੂ ਦੇ ਅੱਗੇ ਕੀਤੀ ਹੋਈ ਅਰਦਾਸ ਦੇ ਉੱਤੇ ਜ਼ਿਆਦਾ ਯਕੀਨ ਆ ਤੋਪਖਾਨੇ ਦੇ ਨਾਲੋਂ ਤਾਂ ਉਹ ਅੱਗੇ ਵਧਦੇ ਆ ਜਦੋਂ ਸਿੱਖ ਸੈਨਾ ਤੂਪ ਦੇ ਗੋਲਿਆਂ ਦਾ ਸਾਹਮਣਾ ਕਰਦੀ ਹੋਈ ਉੱਥੇ ਪਹੁੰਚਦੀ ਆ ਤਾਂ ਜਿਹੜੇ ਪਹਿਲੇ ਅਕਾਲੀ ਜੋ ਕਿ ਸਿੱਖ ਸੈਨਾ ਨੂੰ ਲੀਡ ਕਰ ਰਹੇ ਹੁੰਦੇ ਆ ਉਹ ਘੋੜਿਆਂ ਤੋਂ ਉੱਤਰ ਕੇ ਤੋਹਫਨ ਤੋਪਾਂ ਵਾਲੇ ਖਾਨੇ ਵਿੱਚ ਤੋਪਾਂ ਦੇ ਇਲਾਕੇ ਵਿੱਚ ਭੱਜ ਜਾਂਦੇ ਆ ਉੱਥੇ ਆ ਕੇ ਹਮਲਾ ਕਰਦੇ ਆ ਇਸ ਤਰ੍ਹਾਂ ਤੋਪਾਂ ਨੂੰ ਚਲਾਉਣ ਵਾਲੀ ਤੋਪ ਜੀ ਉਲਝ ਜਾਂਦੇ ਆ ਤੇ ਸਿੱਖ ਸੈਨਾ ਸਾਰੀ ਲੜਾਈ ਜਿੱਤੇ ਲੈਂਦੀ ਆ ਉਸ ਤੋਂ ਬਾਅਦ ਉਸ ਇਲਾਕੇ ਨੂੰ ਪੇਸਾਬਰ ਤੇ ਮਲਤਾਨ ਦੇ ਇਲਾਕਿਆਂ ਨੂੰ ਬਚਾ ਲਿਆ ਜਾਂਦਾ ਤੇ ਮੁਹੰਮਦ ਅਜੀਮ ਖਾਨ ਵੀ ਉੱਥੋਂ ਭੱਜ ਜਾਂਦਾ ਪਰ ਮੁਹੰਮਦ ਅਜੀਮ ਖਾਨ ਇਸ ਲੜਾਈ ਦੇ ਵਿੱਚ ਆਪਣੇ ਨਿਸ਼ਾਨਚੀ ਨੂੰ ਬੁਲਾਉਂਦਾ ਤੇ ਉਹ ਕਾਲੀ ਫੂਲਾ ਸਿੰਘ ਦੇ ਉੱਤੇ ਗੋਲੀ ਚਲਾਉਣ ਦਾ ਹੁਕਮ ਦਿੰਦਾ ਤੇ ਉਹ ਜਿਹੜਾ ਉਹਨਾਂ ਦਾ ਨਿਸਾਨ ਸੀ ਜੀ ਉਹ ਕਾਲੀ ਫੂਲਾ ਸਿੰਘ ਦੇ ਉੱਤੇ ਗੋਲੀ ਚਲਾਉਂਦਾ ਇੱਕ ਗੋਲੀ ਉਹਨਾਂ ਦੇ ਪੱਟੇ ਵਿੱਚ ਲੱਗਦੀ ਆ ਉਹ ਗੋਲੀ ਪੱਟੇ ਵਿੱਚੋਂ ਪਾਰ ਹੋ ਕੇ ਉਹਨਾਂ ਦੇ ਘੋੜੇ ਉੱਤੇ ਲੱਗਦੀ ਹੈ ਤੇ ਘੋੜੇ ਦੀ ਉੱਥੇ ਹੀ ਮੌਤ ਹੋ ਜਾਂਦੀ ਆ ਤੇ ਉਹ ਘੋੜਾ ਉਹਨਾਂ ਦਾ ਸਭ ਤੋਂ ਪਸੰਦੀਦਾ ਘੋੜਾ ਸੀ ਪਰ ਉਸ ਤੋਂ ਬਾਅਦ ਵੀ ਅਕਾਲੀ ਫੂਲਾ ਸਿੰਘ ਲੜਦੇ ਰਹੇ ਪਰ ਜਦੋਂ ਇੱਕ ਹੋਰ ਨਿਸਾਨ ਜੀ ਨੂੰ 2 ਘੰਟੇ ਬਾਅਦ ਸੱਜਿਆ ਜਾਂਦਾ ਤਾਂ ਉਹ 4 ਗੋਲੀਆਂ ਅਕਾਲੀ ਫੂਲਾ ਸਿੰਘ ਦੇ ਸੀਨੇ ਵਿੱਚ ਮਾਰਦੇ ਨੇ ਉਸ ਤੋਂ ਬਾਅਦ ਉਸ ਲੜਾਈ ਦੇ ਵਿੱਚ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਸਿੱਖ ਸੈਨਾ ਵੀ ਦੇ ਵਿੱਚ ਕਾਫੀ ਵੱਡਾ ਸੋਕ ਦੀ ਲਹਿਰ ਆ ਜਾਂਦੀ ਹੈ ਤੇ ਹੰਝੂ ਵਗਦੇ ਆ ਤੇ ਇਸ ਤਰ੍ਹਾਂ ਸਿੱਖ ਕੌਮ ਦੇ ਬਹਾਦਰ ਜਰਨੈਲ ਸ਼ਹੀਦੀ ਪਾ ਜਾਂਦੇ ਆ ਪਰ ਸ਼ਹੀਦੀ ਪਾਉਣ ਤੋਂ ਪਹਿਲਾਂ ਉਹ ਇੱਕ ਵੱਡੇ ਕਿਲੇ ਨੂੰ ਵੱਡੇ ਇਲਾਕੇ ਨੂੰ ਪੰਜਾਬ ਦੇ ਕੋਲੋਂ ਖੁੱਸਣ ਤੋਂ ਬਚਾ ਲੈਂਦੇ ਆ ਇਹ ਸੀ ਪੰਜਾਬ ਦੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਦੇ ਜੀਵਨ ਦੇ ਬਾਰੇ ਉਮੀਦ ਕਰਦੇ ਆ ਇਹ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਹ ਜਾਣਕਾਰੀ ਚੰਗੀ ਲੱਗੀ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਨੂੰ ਕਰ ਦਿਓ ਲਾਈਕ ਇਦਾਂ ਹੀ ਤੁਹਾਡੇ ਨਾਲ ਇਤਿਹਾਸ ਦੀਆਂ ਹੋਰ ਜਾਣਕਾਰੀਆਂ ਸ਼ੇਅਰ ਕਰਦੇ ਰਹਾਂਗੇ ਧੰਨਵਾਦ ਜੀ ਸਾਰਿਆਂ ਦਾ